ਹੈਲੋ ਗਾਇਜ਼ ਅਸ਼ੀਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਮਿਲ ਕੇ ਸਭ ਤੋਂ ਪਹਿਲਾਂ ਵੱਡੀ ਕੜਾਹੀ ਲਈ ਵਿੱਚ ਪਾਇਆ ਥੋੜਾ ਜਿਹਾ ਪਾਣੀ ਔਰ ਫਿਰ ਪਾਇਆ ਦੁੱਧ ਪਾਣੀ ਇਸ ਕਰਕੇ ਪਾਇਆ ਤਾਂ ਜੋ ਸਾਡਾ ਦੁੱਧ ਨਾਲ ਨਾ ਲੱਗੇ ਔਰ ਕੜਸੀ ਨਾਲ ਦੁੱਧ ਨੂੰ ਹਿਲਾਉਂਦੇ ਜਾਓ ਹਿਲਾਉਂਦੇ ਜਾਓ ਔਰ ਦੁੱਧ ਨਾ ਹੀ ਉਬਲੇਗਾ ਔਰ ਨਾ ਹੀ ਨਾਲ ਲੱਗੇਗਾ ਜੇ ਤੁਸੀਂ ਥੋੜਾ ਜਿਹਾ ਵੀ ਸਾਈਡ ਤੇ ਹੋਗੇ ਔਰ ਦੁੱਧ ਨਾਲ ਲੱਗ ਜਾਏਗਾ ਸਭ ਤੋਂ ਪਹਿਲਾਂ ਮੈਂ ਦੋ ਇਲਾਚੀਆਂ ਲਈਆਂ ਕੁੱਟ ਕੇ ਵਿੱਚ ਦੁੱਧ ਵਿੱਚ ਪਾਈਆਂ ਤੁਸੀਂ ਦੇਖ ਸਕਦੇ ਹੋ ਸਾਡਾ ਮਿਲਕ ਕੇਕ ਬਣਨ ਜਾ ਰਿਹਾ ਹੈ ਦੁੱਧ ਨੇ ਆਪਣਾ ਰੰਗ ਚੇਂਜ ਕਰ ਲਿਆ ਥੋੜਾ ਜਿਹਾ ਵਿੱਚ ਪਾਇਆ ਲੈਮਨ ਲੈਮਨ ਅਸੀਂ ਇਸ ਕਰਕੇ ਪਾਇਆ ਤਾਂ ਜੋ ਸਾਡੇ ਮਿਲਕ ਕੇਕ ਤੇ ਛੋਟੇ ਛੋਟੇ ਦਾਣੇ ਪੰਜਨ ਹੁਣ ਅਸੀਂ ਪਾਈ 슈ਗਰ 슈ਗਰ ਨੂੰ ਅਸੀਂ ਥੋੜਾ ਥੋੜਾ ਕਰਕੇ ਪਾਵਾਂਗੇ ਇੱਕੋ ਵਾਰੀ ਚ 슈ਗਰ ਨਹੀਂ ਪਾਣੀ ਅਸੀਂ ਨੂੰ ਥੋੜਾ ਥੋੜਾ ਪਾਵਾਂਗੇ ਫਿਰ ਪਾਵਾਂਗੇ ਥੋੜਾ ਜਿਹਾ ਘਿਓ ਔਰ ਹਿਲਾਉਂਦੇ ਜਾਓ ਹਿਲਾਉਂਦੇ ਜਾਓ ਔਰ ਇਹ ਮਿਲਕ ਕੇਕ ਨੇ ਆਪਣਾ ਰੰਗ ਪકડਨਾ ਸ਼ੁਰੂ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿਵੇਂ ਛੋਟੇ ਛੋਟੇ ਦਾਣੇ ਬਣ ਗਏ ਐ ਔਰ ਸਾਡਾ ਖੋਆ ਜਾਨੀ ਮਿਲਕ ਕੇਕ ਬਣ ਕੇ ਤਿਆਰ ਹੈ ਮੈਂ ਇੱਕ ਟਿਫਨ ਲਿਆ ਉਹਦੇ ਵਿੱਚ ਪਹਿਲਾਂ ਥੋੜਾ ਜਿਹਾ ਘਿਓ ਲਗਾਇਆ ਔਰ ਵਿੱਚ ਆਪਣਾ ਮਿਲਕ ਕੇਕ ਲਗਾਇਆ ਔਰ ਉਸਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਫਿਰ ਮੈਂ ਲਿਆ ਆਪਣਾ ਗਰਮ ਸ਼ਾਲ ਔਰ ਉਸਨੂੰ ਚੰਗੀ ਤਰ੍ਹਾਂ ਲਪੇਟ ਕੇ ਕੰਬਲ ਦੇ ਵਿੱਚ ਰੱਖ ਦਿੱਤਾ 4-5 ਘੰਟਿਆਂ ਬਾਅਦ ਜਦੋਂ ਅਸੀਂ ਇਸਨੂੰ ਖੋਲ ਕੇ ਦੇਖਿਆ ਸਾਡੇ ਪੀਜ਼ ਬਿਲਕੁਲ ਬਣ ਕੇ ਤਿਆਰ ਸੀ ਔਰ ਅਸੀਂ ਨਾਈਫ ਨਾਲ ਆਪਣੇ ਪੀਜ਼ਸ ਨੂੰ ਕੱਟ ਕੀਤਾ ਔਰ ਪਲੇਟਸ ਦੇ ਵਿੱਚ ਰੱਖਿਆ ਤੁਸੀਂ ਖਾਣਾ ਔਰ ਟ੍ਰਾਈ ਵੀ ਕਰਨਾ ਔਰ ਦੱਸਣਾ ਕਿਵੇਂ ਲੱਗੀ ਮੇਰੀ ਰੈਸਪੀ ਥੈਂਕ ਯੂ